ਬੂ ਮੁੰਗੜ ਖੇਡ ਰਿਆ ਇਹ ਤਾਂ ਡਰਦੀ ਪਤਾ ਨਹੀਂ ਕਿਉਂ ਉਦੇ ਕੱਲ ਨਹੀਂ ਡਰੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਡਰਨ ਲੱਗ ਜਾਂਦਾ ਇਹਨੂੰ ਦੂਰ ਭਜਦਾ ਤਾਂ ਸੋਹਣਾ ਲੱਗਦਾ ਰੁਕਦਾ ਹੀ ਨੀਗਾ ਚੱਲ ਰੋੜੋ ਦੇ ਵਾਂਗੂ ਤੂੰ ਵੀ ਤਕਦੀਰ ਰੋੜੋ ਕਾਕੇ ਵਾਂਗੂ ਚੱਲ ਅੱਜ ਮੇਰੇ ਦਿਮਾਗ 'ਚ ਪਤਾ ਨਹੀਂ ਕੀ ਆਈ ਅੱਗੇ ਅਸੀਂ ਸਵੇਰ ਨੂੰ ਤਪਾਈ ਦਾ ਤੰਦੂਰ ਪਰ ਹੁਣ ਵੱਜ ਚੁੱਕੇ ਆ ਆਈ ਥਿੰਕ ਇੱਕ ਮਿੰਟ ਟਾਈਮ ਦੇਖ ਲਵਾਂ ਟਾਈਮ ਇੱਕ ਮਿੰਟ ਟਾਈਮ ਹੋ ਚੁੱਕਿਆ 1:14 ਅਤੇ ਮੇਰਾ ਬਹੁਤ ਜ਼ਿਆਦਾ ਜੀ ਕਰਦਾ ਆ ਤੰਦੂਰੀ ਰੋਟੀ ਖਾਣ ਨੂੰ ਅਤੇ ਤੰਦੂਰੀ ਰੋਟੀ ਅੱਜ ਬਣਾਵਾਂਗੇ ਆਪਾਂ ਆਲੂ ਵਾਲੇ ਪਰੌਂਠੇ ਮੇਰੇ ਨਾਲ ਰਲੀ ਹੋਈ ਅੱਜ ਖੈਰੀ ਗਰਮੀ ਬਹੁਤ ਜ਼ਿਆਦਾ ਪਾਪਾ ਕਿਉਂਕਿ ਗਏ ਹੋਏ ਆ ਪਾਪਾ ਨੇ ਸਵੇਰੇ ਰੋਟੀ ਖਾਧੀ ਸੀ ਨੋਰਮਲ ਵਾਲੀ ਪਰ ਮੇਰੇ ਸਵੇਰੇ ਰੋਟੀ ਨਹੀਂ ਖਾਧੀ ਕਿਉਂਕਿ ਮੇਰਾ ਜੀ ਨਹੀਂ ਸੀ ਕਰਦਾ ਰੋਟੀ ਖਾਣ ਨੂੰ ਬਹੁਤ ਜ਼ਿਆਦਾ ਐਂ ਹੁੰਦਾ ਸੀ ਬਈ ਕਿਵੇਂ ਕਹਿ ਸਕਦੇ ਹਾਂ ਵੀ ਸਵੇਰੇ ਸਵੇਰੇ ਪਤਾ ਨਹੀਂ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਮੈਨੂੰ ਗਰਮੀਆਂ 'ਚ ਇਹ ਪ੍ਰੋਬਲਮ ਹੁੰਦੀ ਆ ਵੀ ਜਦੋਂ ਸਵੇਰੇ ਸਵੇਰੇ ਮੈਂ ਰੋਟੀ ਬਣਾਉਣੀ ਤਾਂ ਮੈਨੂੰ ਰੋਟੀ ਦੀ ਸਮੈਲ ਬਹੁਤ ਜ਼ਿਆਦਾ ਚੜ੍ਹਦੀ ਬਣਾ ਦਿੰਦੀ ਹਾਂ ਪਰ ਫਿਰ ਖਾਣ ਨੂੰ ਜੀ ਨਹੀਂ ਕਰਦਾ ਸੋ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਇਕੱਲਾ ਲੱਸੀ ਪੀਤੀ ਹੋਈ ਆ ਅਤੇ ਫਿਰ ਮੈਂ ਸੋਚਿਆ ਵੀ ਤੰਦੂਰੀ ਰੋਟੀ ਬਣਾਉਂਦੇ ਆ ਤਾਂ ਮੈਂ ਹੈਰੀ ਨੂੰ ਨਾਲ ਰਲਾ ਲਿਆ ਸੋ ਹੈਰੀ ਨੂੰ ਮੈਂ ਕਿਹਾ ਚੱਲ ਆਪਾਂ ਤੰਦੂਰੀ ਰੋਟੀ ਬਣਾਉਂਦੇ ਹਾਂ ਅਤੇ ਤੰਦੂਰੀ ਰੋਟੀ ਬਣਾਉਣ ਲੱਗੇ ਆਪਾਂ ਆਲੂ ਵਾਲੀ ਤਕਦੀਰ ਉੱਥੇ ਬੈਠੀ ਆ ਹੈਰੀ ਨਾਲ ਖੇਡਣ ਲੱਗੀ ਆ ਅਤੇ ਹੁਣ ਬਣਾ ਲਈਏ ਆਪਾਂ ਮੈਂ ਕਦੀ ਕਿਸੇ ਕੰਮ ਲਈ ਜਿਹੜਾ 2-3 ਦਿਨਾਂ ਤੋਂ ਉਲਝੇ ਹੋਏ ਉਸ ਕੰਮ ਵਿੱਚ ਅੱਜ ਗਿਆ ਫਾਈਨਲੀ ਉਹ ਸ਼ਾਇਦ ਉਹ ਅੱਜ ਕੰਮ ਹੋ ਜਾਵੇ ਅਤੇ ਤੰਦੂਰ ਤੁਸੀਂ ਦੇਖ ਸਕਦੇ ਹਾਂ ਜਿੱਥੋਂ ਜਿੱਥੋਂ ਵਾਈਟ ਹੋ ਗਿਆ ਉੱਥੋਂ ਉੱਥੋਂ ਤਪ ਗਿਆ ਆ ਅਤੇ ਆਪਾਂ ਪੂਰਾ ਤਪਾਉਣਾ ਹੈ ਚੰਗੀ ਤਰ੍ਹਾਂ ਹੁਣ ਤਾਂ ਛੇਤੀ ਤਪ ਜਾਂਦਾ ਉਦੋਂ ਉਸ ਦਿਨ ਜ਼ਿਆਦਾ ਮੀਂਹ ਪੈ ਗਿਆ ਸੀ ਇਸ ਕਰਕੇ ਤਪਿਆ ਨਹੀਂ ਸੋ ਇੱਧਰੋਂ ਸਾਰਾ ਵਾਈਟ ਹੋ ਗਿਆ ਅਤੇ ਉੱਧਰੋਂ ਬਲੈਕ ਆ ਜਦੋਂ ਲਾਲ ਲਾਲ ਜਿਹਾ ਹੋ ਗਿਆ ਤੰਦੂਰ ਤਾਂ ਇੱਟ ਮੀਨਸ ਜਿਹੜਾ ਤੁਹਾਡਾ ਤੰਦੂਰ ਤਪ ਚੁੱਕਾ ਹੈ ਸੋ ਮੇਰੇ ਹੱਥ ਤੁਸੀਂ ਦੇਖ ਸਕਦੇ ਆ ਮੈਂ ਆਹ ਸਾਰੀਆਂ ਲੱਕੜਾਂ ਹੱਥ ਦੇ ਨਾਲ ਤੋੜ ਤੋੜ ਕੇ ਇਹਦੇ 'ਚ ਪਾਈਆਂ ਅਤੇ ਆਹ ਵੀ ਜਿਹੜੀਆਂ 2 ਰਹਿ ਗਈਆਂ ਇਹ ਵੀ ਪਾ ਕੇ ਅਤੇ ਤੰਦੂਰ ਆਪਣਾ ਤਪ ਜਾਣਾ ਫਿਰ ਆਪਾਂ ਲਾਵਾਂਗੇ ਤੰਦੂਰੀ ਰੋਟੀ ਅਤੇ ਤੁਹਾਨੂੰ ਵੀ ਦਿਖਾਵਾਂਗੇ ਵੀ ਆਲੂ ਵਾਲੇ ਜਿਹੜੀ ਤੰਦੂਰੀ ਰੋਟੀ ਕਿੱਦਾਂ ਬਣਾਈ ਦੀ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਇਹਦੀ ਰੈਸਪੀ ਸ਼ੇਅਰ ਕਰੀਏ ਤਾਂ ਸਾਡੀ ਰਸੋਈ 'ਤੇ ਰੈਸਪੀ ਲੈ ਕੇ ਆਵਾਂਗੇ ਉਹਦੇ 'ਤੇ ਰੈਸਪੀਆਂ ਇਸ ਕਰਕੇ ਨਹੀਂ ਪਾਈਆਂ ਜਾਂਦੀਆਂ ਕਿਉਂਕਿ ਤਕਦੀਰ ਬਹੁਤ ਜ਼ਿਆਦਾ ਛੋਟੀ ਸੀਗੀ ਸੋ ਹੈਂਡਲ ਕਰਨਾ ਸਾਰਾ ਕੁਛ ਔਖਾ ਲੱਗਦਾ ਸੀ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਸ਼ੋਰਟ ਮੂਵੀਆਂ ਦੇ ਇਸ ਕਰਕੇ ਉੱਤੇ ਕੰਮ ਨਹੀਂ ਹੋਇਆ ਸ਼ਾਇਦ ਇਨ ਫਿਊਚਰ ਆਪਾਂ ਉਹਦੇ 'ਤੇ ਕੰਮ ਕਰਾਂਗੇ ਅਤੇ ਜੇਕਰ ਕਿਸੇ ਨੇ ਤੰਦੂਰੀ ਰੋਟੀ ਜਿਹੜੀ ਆਪਾਂ ਬਣਾਉਣ ਲੱਗੇ ਆਲੂ ਵਾਲੀ ਰੈਸਪੀ ਲੈਣੀ ਹੋਈ ਤਾਂ ਜ਼ਰੂਰ ਦੱਸਿਓ ਮੇਰੇ ਹੱਥ ਵਿੱਚ ਖੁੱਭ ਕੇ ਆਇਆ ਕੰਡਾ ਸੌਰੀ ਗਾਇਜ਼ ਮੈਂ ਸਿਰਫ ਤੰਦੂਰ ਖਾਲੀ ਦਿਖਾ ਦਿੱਤਾ ਤੁਹਾਨੂੰ ਤੰਦੂਰੀ ਆਲੂ ਵਾਲੀ ਇੰਨੀ ਭੁੱਖ ਲੱਗੀ ਸੀ ਆ ਪਲੇਟਾਂ ਤੁਸੀਂ ਦੇਖ ਕੇ ਸਾਡਾ ਅੰਦਾਜ਼ਾ ਲਾ ਸਕਦੇ ਵੀ ਅਸੀਂ ਕਿੱਦਾਂ ਭੁੱਖ ਹੜਤਾਲ ਕੀਤੀ ਹੋਊਗੀ ਅੱਜ 3 ਪਰੌਂਠੇ ਚੱਲ ਇਹ ਪਾਪਾ ਹੁਣੇ ਖਾ ਲੈਣਗੇ ਅਤੇ ਬੜਾ ਸਵਾਦ ਸੀ ਰਿਵਿਊ ਦੱਸ ਕੀ ਕਹਾਂ ਇੰਨਾ ਸਵਾਦ ਲੱਗਿਆ ਨਾ ਮੈਂ ਤਾਂ ਹਜੇ ਨਾ ਢਾਈ ਢਾਈ ਖਾ ਲਏ ਮਾੜਾ ਇਹਨੇ ਵੀ ਦਹੀਂ ਖਾ ਲਿਆ ਮੂੰਹ ਦੇ ਲਾ ਕਿੱਦਾਂ ਲਵੇੜਿਆ ਵੀ ਤਾਰੀਫ਼ ਨਹੀਂ ਕਰਦੀ ਮੈਂ ਆਪਣੀ ਪਰ ਸ਼ਰਮਾ ਗਈ ਮੈਂ ਤਾਰੀਫ ਨਹੀਂ ਕਰਦੀ ਆਪਣੀ ਪਰ ਬਚ ਕੇ ਬਹੁਤ ਸਵਾਦ ਬਣੇ ਸੀਗੇ ਨਜ਼ਾਰਾ ਆ ਗਿਆ ਗਰਮ ਗਰਮ ਹੁਣ ਪਿਆਜ ਵਾਲੇ ਬਣਾਵਾਂਗੇ ਕੱਲ ਨੂੰ ਹੈਂ ਐਡੀ ਨਹੀਂ ਕੋਈ ਗੱਲ ਬੁੰਗੜੀ ਭਾਈ ਬਹੁਤ ਜ਼ਿਆਦਾ ਗਰਮੀ ਹੈ ਅਤੇ ਆਪਦਾ ਧਿਆਨ ਰੱਖਿਓ ਕਿਉਂਕਿ ਗਰਮੀ ਲੱਗ ਗਈ ਨਾ ਬਹੁਤ ਬੁਰਾ ਹਾਲ ਹਾਂ ਸਾਡੇ ਤਾਂ ਲੋ ਵਗੀ ਜਾਂਦੀ ਆ ਬਹੁਤ ਲੋ ਕਹਿੰਦੇ ਹੁੰਦੇ ਸਾਡੇ ਵੈਸੇ ਲੂ ਲੱਗਣਾ ਕਹਿ ਦਿੰਦੇ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਤਾਂ ਰੈਸਟ 'ਤੇ ਅੱਜ ਵੈਸੇ ਅੱਜ ਸ਼ੂਟ ਕਰਨ ਜਾਣਾ ਸੀਗਾ ਅਤੇ ਪਰ ਸਾਨੂੰ ਕੋਈ ਬਹੁਤ ਜ਼ਿਆਦਾ ਮਸਲੇ ਦੇ ਵਿੱਚ ਉਲਝਣੇ ਪੈ ਗਿਆ ਸੋ ਇਸ ਕਰਕੇ ਮੈਨੂੰ ਉੱਧਰ ਜਾਣਾ ਪੈ ਗਿਆ ਅਤੇ ਫਿਰ ਮੈਂ ਦੁਪਹਿਰੇ ਜੇ ਮੁੜ ਕੇ ਆਇਆ ਅਤੇ ਆ ਕੇ ਆਪਾਂ ਯਾਰ ਤਾਂ ਗਏ ਸੌਂ ਅਤੇ ਹੁਣ ਚਾਹ 'ਚੋਂ ਪੀ ਕੇ ਰੈਡੀ ਹੋ ਕੇ ਹੁਣ ਕੋਈ ਕੰਮ ਕਰਾਂਗੇ ਬੜੀ ਦਾ ਮੂੰਹ ਦੇਖੋ ਕਿ ਰੋਟੀ ਦੱਬ ਕੇ ਆਇਆ ਹੁਣ ਇਹ ਵੀ ਚੱਲੂਗਾ ਦੱਬਣ ਚੱਲਿਆ ਓਏ
साफ थी हूँ खाऊगा हूँ अंदर वड़ के हूँ अंदर बह के खाऊगा तंदूर करता लाल कहने चोबर ने जो चलती नहीं कहते तंदूर वाली खाने उत्तो साडा पापा शकीन तंदूर वाली खाने का ना दे बाबा बाबा जा बैठ बाबा एसी दे रिमोट ना ऐसे किधर कर दो ना किधर कर दो ना करी तकदीर आ दे सवेर दे बजे सात बज के बयाली मिनट ते अज इन्नी सदे कितने चले इन्नी सदे किधर अटकावे तू है हसदा असी अज कितने चले अज बहुत ही मेरी फेवरेट लुक क्रिएट कराउन चले आप मतलब जेड़ा मतलब मैं जेड़ा ड्रेस अप करना है मैनू बहुत ज्यादा पसंद आ सो तुसी इंस्टाग्राम ते उन्हां दी आईडी दे दांगे उन्हां नू फॉलो जरूर कर लियो क्योंकि मेरी लुक उत्थे ही आपां दिखावांगे ओ आ जाएगा जो उत्ता पर शूट ते इत्थे अपने नेड़े जंपरा कूल ते उत्थे जाना ते बाद चो फिर होर काम होर भी कई काम मॉर्निंग है गुड मॉर्निंग ते अज तुहानू एक बंदे नाल मिलावांगे जिहदा जिक्र तुसी हर एक कमेंट विच करदे आ वी कित्थे आ कित्थे आ कित्थे आ सो अज तुहानू उस बंदे नाल भी मिलावांगे भी ओह कित्थे आ क्यों गया सारा कुछ दसांगे रीजन दसांगे ओहदे नाल बह के ਬਾਬੇ ਦੇ ਪਰੌਂਠੇ ਖਾ ਰਹੇ ਵੀ ਬਾਬੇ ਦੇ ਪਰੌਂਠਿਆਂ ਦੇ ਨਾਲ ਤੇ ਸਾਨੂੰ ਮਨਦੀਪ ਨੇ ਕਰ ਲਿਆ ਜੁਆਇਨ ਇੱਥੋਂ ਆ ਕੇ ਗੰਗਾਨਗਰ ਤੋਂ ਸਾਰੇ ਜਾਣੇ ਬਹੁਤ ਜ਼ਿਆਦਾ ਕਮੈਂਟ ਕਰਦੇ ਮਨਦੀਪ ਕਿੱਧਰ ਗਈ ਮਨਦੀਪ ਕਿੱਧਰ ਗਈ ਉਹ ਬਾਈ ਕਿਤੇ ਨਹੀਂ ਗਈ ਜੌਬ ਲੱਗ ਗਈ ਹੈ ਦੁਬਾਰੇ ਉਹਨਾਂ ਨੇ ਦੁਬਾਰਾ ਇਹਨੂੰ ਬੁਲਾ ਲਿਆ ਉਹ ਕਹਿੰਦੇ ਵੀ ਜੇ ਤੁਸੀਂ ਫ੍ਰੀ ਹੋ ਤਾਂ ਸਾਡਾ ਟਾਈਮ ਕਢਾਓ ਹਸਪਤਾਲ ਵਾਲਿਆਂ ਨੇ ਬਾਕੀ ਜਿੱਥੇ ਅਸੀਂ ਕਹਿੰਦੇ ਸੀ ਵੀ ਹਜੇ ਵਿਆਹ ਕਰ ਦੇਣਾ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਅਸੀਂ ਸਾਨੂੰ ਐਵੇਂ ਚੰਗੀ ਤਰ੍ਹਾਂ ਦੇਖ ਪਰਖ ਕੇ ਹੀ ਲਗਾਂਗੇ ਕਾਲੀ ਨਹੀਂ ਕਰਨੀ ਹੈਗੀ बाय करदा ओए बाय करदा किवें लग्या बाबे दा परौंठा बहुत वधिया वधिया ए जदों बाबा आप हुंदा सी ना हुण बाबा आप तां मर गया उदों बहुत घैंट हुंदे सी इत्थे लगदे गोल डिग्गी कोले बहुत घैंट आ असीं कदे जद भुख लगी आ ते 10 बजे असीं पहुंचणा उत्थे ते सोचा वी चलो यार परौंठे खा लईए तां करके सवेर सवेर मार्केट बंद हुंदी आ ਸਾਧੂਆਂ ਦੇ ਡੇਰੇ ਹੁੰਦੇ ਆ ਇੱਥੇ ਥੋੜੇ ਜਿਹੇ ਹੈਲੋ ਪਿੰਡੇ ਦਾ ਲੇਬਰ ਚੌਂਕ ਇੱਥੇ ਖੜਦੇ ਵਿਚਾਰੇ ਆ ਕੇ ਤੜਕੇ ਫਿਰ ਇੱਥੇ ਲੈ ਜਾਂਦੇ ਆ ਹਾਂ ਉਹ ਦੇਖ ਕਰੇ ਤੱਕ ਅਈ ਇਦੋਂ ਪਹਿਲਾਂ ਤਾਂ ਬਹੁਤ ਇਕੱਠ ਹੁੰਦਾ ਤਾਂ 9 ਵਜ ਗਏ ਲੇਬਰ ਕਾਲੀ ਬਣੇ ਕਿੰਨੇ ਖੜੇ ਆਵੇ ਸਾਈਕਲ ਇੱਧਰ ਬਹੁਤ ਖੜਦੇ ਆ ਤੇ ਕੰਮਕਾਰਾਂ ਦੀ ਹਾਂ ਇੱਕੋ ਕੰਮ ਲੱਗੇ ਹੁੰਦੇ ਅੱਛਾ ਨਹੀਂ ਪੱਕੇ ਵੀ ਲੱਗੇ ਹੁੰਦੇ ਜਿਹੜੇ ਜਾਂ ਉਵੇਂ ਦਿਹਾੜੀ ਮਿਲ ਜਾਂਦੀ ਕਿਸੇ ਨੂੰ ਜੇ ਕਿਸੇ ਨੂੰ ਮਾਨੇ ਸ਼ਹਿਰ 'ਚ ਕੰਮ ਕਰਾਉਣ ਲਈ ਬੰਦਾ ਚਾਹੀਦਾ ਤੜਕੇ ਕੋਈ ਕੰਸਟਰਕਸ਼ਨ ਦਾ ਕੁਝ ਵੀ ਆ ਤਾਂ ਇੱਥੇ ਆਉਂਦੇ ਆ ਤਿਆਰ ਹੋ ਜਾਣੀ ਹੁਣ मतलब जो लहंगा मतलब एवरीथिंग मैं बहुत ज्यादा एक्साइटेड रियली एक्साइटेड चल वधिया करता